ਸੀਬੀਆਈ ਦੀ ਸਪੈਸ਼ਲ ਕੋਰਟ ਨੇ ਅੱਜ 2G ਸਪੈਕਟਰਮ ਵੰਡਣ ਘਪਲਾ ਮਾਮਲੇ ਵਿਚ ਸਾਬਕਾ ਦੂਰ ਸੰਚਾਰ ਮੰਤਰੀ ਏ ਰਾਜਾ, ਸਾਂਸਦ ਕਨਮੋਜੀ ਅਤੇ ਕਈ ਹੋਰਾਂ ਤੇ ਅਹਿਮ ਫੈਸਲਾ ਸੁਣਾਇਆ ਏ। 2G ਸਪੈਕਟਰਮ ਘੋਟਾਲੇ ਦੇ ਪਹਿਲੇ ਮਾਮਲੇ ਵਿਚ ਸਾਬਕਾ ਦੂਰ ਸੰਚਾਰ ਮੰਤਰੀ ਏ ਰਾਜਾ ਅਤੇ DMK ਸਾਂਸਦ ਕਨਮੋਜੀ ਸਮੇਤ ਸਾਰੇ ਦੋਸ਼ੀ ਤਿੰਨੇ ਮਾਮਲਿਆਂ ਵਿਚੋਂ ਬਰੀ ਹੋ ਗਏ ਨੇ। ਫੈਸਲਾ ਆਉਂਦੇ ਹੀ ਕੋਰਟ ਰੂਮ ਤਾੜੀਆਂ ਨਾਲ ਗੂੰਜ ਉੱਠਿਆ। ਦੱਸਿਆ ਜਾ ਰਿਹਾ ਹੈ ਕਿ ਸਬੂਤਾਂ ਦੀ ਘਾਟ ਵਿਚ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਏ। ਫੈਸਲਾ ਸੁਣਾਉਂਦੇ ਸਮੇਂ ਜੱਜ ਨੇ ਕਿਹਾ ਕਿ CBI ਦੋਸ਼ ਸਾਬਤ ਕਰਨ ਵਿਚ ਨਾਕਾਮ ਰਹੀ ਹੈ। ਦੱਸ ਦਈਏ ਕਿ ਕਪਲੇ ਤੇ ਸੁਣਵਾਈ 6 ਸਾਲ ਪਹਿਲੇ 2011 ਵਿਚ ਸ਼ੁਰੂ ਹੋਈ ਸੀ, ਜਦੋਂ ਅਦਾਲਤ ਨੇ 17 ਦੋਸ਼ੀਆਂ ਖਿਲਾਫ਼ ਦੋਸ਼ ਤੈਅ ਕੀਤੇ ਸਨ। ਇਹ ਪੂਰਾ ਕਪਲਾ 1.76 ਲੱਖ ਕਰੋੜ ਰੁਪਏ ਦਾ ਮੰਨਿਆ ਜਾਂਦਾ ਹੈ।